ਸਾਬੀਨ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਇਹ ਵਾਰਦਾਤ ਹੋਈ ਸੀਗੀ। ਉਸ ਨੂੰ ਬਹੁਤ ਹੀ ਸੀਰੀਅਸ ਲੈਂਦੇ ਹੋਏ SSP ਸਾਹਿਬ ਨੇ ਇੱਕ ਟੀਮ ਤਿਆਰ ਕੀਤੀ ਸੀਗੀ, ਜਿਹਦੇ ਵਿੱਚ ਮੈਂ ਖੁਦ, DSP ਸਾਹਿਬ, CAA ਸਾਡੀ ਟੀਮ, ਔਰ SHO ਦਸੂਆ ਹਰਪ੍ਰੇਮ ਜੀ, ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ, ਔਰ ਜਿਹੜੇ ਸਾਡੇ ਪਹਿਲੇ DSP ਸੀ ਜਗਦੀਸ਼ ਅਤਰੀ ਜੀ, ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਹੋਏ 2 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ, ਜਿਨ੍ਹਾਂ ਦੇ ਨਾਂ ਜਸਕਰਨ ਅਤੇ ਦੂਸਰੇ ਨਾਂ ਸਾਹਿਲ ਹੈਗੇ ਆ। ਔਰ ਇਹਨਾਂ ਦੀ ਇੰਟੈਰੋਗੇਸ਼ਨ 'ਚ ਜਿਹੜਾ ਉਸ ਦਿਨ ਗੋਲਡ ਸੀਗਾ, ਜਿੰਨਾ ਵੀ ਗੋਲਡ ਸੀਗਾ ਤੁਸੀਂ ਦੇਖ ਸਕਦੇ ਹੋ, ਸਾਰਾ ਰਿਕਵਰ ਹੋ ਗਿਆ। ਔਰ ਜਿਹੜੇ ਇਹਨਾਂ ਨੇ ਅਮਾਊਂਟ ਲਿਖਾਈ ਆ, ਉਹ ਅਮਾਊਂਟ ਹਾਲੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਹੈ, ਜਿਹੜੀ 80,000 ਹੈਗੀ ਹੈ, ਕਿਉਂਕਿ ਉਹਦੇ 'ਚ ਜੋ ਬੰਦੇ ਅਸੀਂ ਫੜੇ ਆ ਉਹ ਵੱਖ ਵੱਖ ਸਟੇਟਮੈਂਟਾਂ ਦੇ ਰਹੇ ਆ। ਔਰ ਇਹਦੇ 'ਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ, ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਣੀ ਬੈਠੀ ਸੀਗੀ, ਜਿਹੜੀ ਕਿ ਜਿਹੜੇ ਬੰਦਿਆਂ ਨੇ ਸਨੈਚ ਕਰਨਾ ਸੀਗਾ ਉਹਨਾਂ ਨੂੰ, ਜੋ ਹੁਣ ਇੰਟੈਰੋਗੇਸ਼ਨ ਗੱਲ ਸਾਹਮਣੇ, ਉਹਨਾਂ ਨੂੰ ਦੱਸੀ ਆਪਣੀ ਲੋਕੇਸ਼ਨ ਦੱਸ ਰਹੀ ਸੀ ਵੀ ਅਸੀਂ ਇੱਥੇ ਆ ਗਏ, ਅਸੀਂ ਬੈਂਕ 'ਚੋਂ ਨਿਕਲ ਆਏ ਹਾਂ, ਤੁਸੀਂ ਉੱਥੇ ਆ ਜਾਓ, ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ। ਔਰ ਉਹਨਾਂ ਨੂੰ ਹਰ ਇੱਕ ਇੱਕ 2-2 ਮਿੰਟ ਬਾਅਦ ਅਪਡੇਟ ਦੇ ਰਹੀ ਸੀਗੀ ਉਹਦੇ 'ਤੇ ਚੈਟ ਕਰਕੇ। ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਕੁਛ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ। ਇਹ ਜਿਹੜੀ ਸਨੈਚ ਹੋਈ ਸੀ, ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਠਾਣੀ ਦੇ ਗੋਲਡ ਹਥਿਆਉਣ ਲਈ ਪਲੱਸ ਪੈਸੇ ਹਥਿਆਉਣ ਲਈ ਇਹ ਵਾਰਦਾਤ ਕਰਾਈ ਸੀ, ਜਿਸ ਦੇ ਵਿੱਚ ਹਾਲੇ 3 ਦੋਸ਼ੀ ਹੋਰ ਹੈਗੇ ਆ ਔਰ ਇੱਕ ਇਹ ਲੇਡੀਜ਼ ਹੈਗੀ ਆ। ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਹੈਗਾ। ਔਰ ਸਾਡੀ ਜਿਹੜੀ ਇਹ ਵਾਰਦਾਤ, ਇੱਕ ਤਰੀਕੇ ਨਾਲ ਕਾਫੀ ਪੈਨਿਕ ਹੋ ਗਿਆ ਸੀ ਅਸੀਂ 15 ਅਗਸਤ ਵਾਲੇ ਦਿਨ ਵੀ, ਅਤੇ ਪਰ ਉਹ ਆਪ ਹੀ ਕ੍ਰੀਏਟ ਕੀਤੀ ਹੋਈ ਵਾਰਦਾਤ ਸੀ। ਨਹੀਂ, ਨਵੇਂ ਮੁੰਡੇ ਆ ਜੀ, ਇਹ ਨਵੇਂ ਮੁੰਡੇ ਆ, ਔਰ ਇਸ ਲੇਡੀਜ਼ ਨੇ ਹੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕੀਤਾ, ਉਹਨੂੰ ਲਾਲਚ ਦੇ ਕੇ ਵੀ ਤੁਹਾਨੂੰ ਇੰਨੇ ਪੈਸੇ ਦਊਂਗੀ ਮੈਂ। ਲਿਖਿਆ ਜੀ ਨਵਨੀਤ ਕੌਰ ਹੈ ਜੀ। ਨਰੈਣਗੜ੍ਹ ਤੋਂ ਹੈ ਜੀ, ਇਹਨਾਂ ਦੇ ਨਵਨੀਤ ਕੌਰ ਹੈਗਾ ਜਿਹਨੇ ਇਹ ਸਾਰੀ ਪਲੈਨਿੰਗ ਕੀਤੀ ਸੀਗੀ। ਜਿਹੜੀ ਸਾਡੇ ਮਦਈ ਹੈਗੀ ਆ ਪੂਜਾ ਦੇਵੀ, ਇਹਦੀ ਇਹ ਦਰਾਣੀ ਲੱਗਦੀ ਹੈਗੀ, ਦਰਾਣੀ ਜਠਾਣੀ ਸੀਗੇ ਦੋਨੋਂ ਹੀ ਗੱਡੀ 'ਚ ਸੀਗੇ। ਉਹਨਾਂ ਨੂੰ ਜਿਵੇਂ ਇਹਨਾਂ ਨੇ ਮੁੰਡਿਆਂ ਨੂੰ ਤਿਆਰ ਕੀਤਾ ਸੀ, ਇਹ ਮੁੰਡਿਆਂ ਨੇ ਗਾਂਹ ਆਪਣੇ ਦੋਸਤ ਬੁਲਾ ਲਏ ਸੀਗੇ, ਉਹ ਵੀ ਅਸੀਂ ਜਲਦੀ ਫੜ ਲਾਂਗੇ, ਉਹ ਆਊਟ ਆਫ ਡਿਸਟ੍ਰਿਕਟ ਹੈਗੇ ਆ, ਔਰ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਾਂਗੇ।